ਮਹਾਮਾਰੀ ਕਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਮਹਾਮਾਰੀ ਕਰੋਨਾ ਬਾਰੇ ਅਸੀਂ ਲਗਾਤਾਰ 22 ਤਰੀਕ ਤੋਂ ਬਾਅਦ ਲਗਾਤਾਰ ਆਪਣੇ ਦਰਸ਼ਕਾਂ ਨੂੰ ਦੱਸਦੇ ਆ ਰਹੇ ਹਾਂ ਕਿ ਸਟੇਟਸ ਆ ਕਿਸ ਤਰ੍ਹਾਂ ਕੇਸ ਵਧ ਰਹੇ ਨੇ ਜਦੋਂ ਕਰੋਨਾ ਕਾਲ ਦੇ ਵਿੱਚ ਜੇਕਰ ਗੱਲ ਕਰੀਏ ਲੋਕਡਾਊਨ ਤੇ ਕਰਫਿਊ ਰਿਹਾ ਤਾਂ ਕੇਸ ਬਹੁਤ ਘੱਟ ਸੀਗੇ ਲੇਕਿਨ ਹੁਣ ਹਾਲਾਤ ਜਿਹੜੇ ਵੱਤ ਤੋਂ ਵੱੱਤਰ ਬਣ ਚੁੱਕੇ ਨੇ ਹੁਣ ਕਾਰੋਬਾਰ ਹੌਲੀ-ਹੌਲੀ ਸ਼ੁਰੂ ਹੋਇਆ ਲੇਕਿਨ ਪਰ ਕਰੋਨਾ ਦੇ ਕੇਸ ਵੀ ਉਨੰਨੀ ਜ਼ਿਆਦਾ ਵਧਣ ਲੱਗੇ ਨੇ ਇਹ ਲੇਕਿਨ ਪਰ ਇਸ ਤੇ ਲੋਕਾਂ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ ਜਰੂਰ ਜੇ ਜਦੋਂ ਇਸ ਤਰ੍ਹਾਂ ਦੀਆਂ ਅਸੀਂ ਖਬਰਾਂ ਪੇਸ਼ ਕਰਦੇ ਹਾਂ ਦਿਖਾਉਂਦੇ ਹਾਂ ਤਾਂ ਲੋਕਾਂ ਵੱਲੋਂ ਆਪਣੇ ਕਮੈਂਟ ਜਾਂ ਸਾਡੇ ਖਿਲਾਫ ਇਸ ਤਰ੍ਹਾਂ ਦੇ ਕਮੈਂਟ ਜਰੂਰ ਕੀਤੇ ਜਾਂਦੇ ਤੁਸੀਂ ਡਰਾ ਰਹੇ ਹੋ ਅਸੀਂ ਡਰਾ ਨਹੀਂ ਰਹੇ ਅਸੀਂ ਤੁਹਾਨੂੰ ਜਗਾ ਰਹੇ ਹਾਂ ਜਾਗੋ ਜੇ ਨਾ ਜਾਗੇ ਤਾਂ ਹੋ ਸਕਦਾ ਸਾਡਾ ਹਾਲਤ ਦੂਜੇ ਦੇਸ਼ਾਂ ਵਰਗੀ ਹੋ ਜਾਵੇ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਇਟਲੀ ਦੇ ਵਿੱਚ ਹਾਲ ਹੋਏ ਨੇ ਉਹ ਹਾਲਤ ਹੋ ਸਕਦੇ ਨੇ ਸਾਡੇ ਜਿਸ ਤਰ੍ਹਾਂ ਨਾਲ ਕਰੋਨਾ ਦੇ ਕੇਸ ਵਧ ਰਹੇ ਨੇ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਅੰਕੜਾ 5 ਸੀ 7 ਸੀ 10 ਸੀ ਰੋਜ਼ਾਨਾ ਦਾ ਉਹ 100 ਤੋਂ ਉੱਪਰ ਟੱਪ ਗਿਆ ਜੇਕਰ ਅਸੀਂ ਡਿਸਟ੍ਰਿਕਟ ਲੁਧਿਆਣਾ ਦੀ ਗੱਲ ਕਰੀਏ ਤਾਂ ਰੋਜ਼ 30 ਤੋਂ ਵੱਧ ਕੇਸ ਆ ਰਹੇ ਨੇ ਜੇ ਅੱਜ ਦੀ ਗੱਲ ਕਰੀਏ 67 ਕੇਸ ਲੁਧਿਆਣਾ ਦੇ ਵਿੱਚ ਆਏ ਨੇ ਜੇਕਰ ਲੋਕ ਲੋਕਾਂ ਨੇ ਨਾ ਪਾਲਣਾ ਕੀਤੀ ਸੋਸ਼ਲ ਡਿਸਟੈਂਸਿੰਗ ਦੀ ਮਾਸਕ ਦੀ ਹੱਥ ਨਾਲ ਦੇ ਉੱਤੇ ਭੀੜ ਵਾਲੀ ਜਗ੍ਹਾ 'ਚੋਂ ਨਾ ਗਏ ਨਾ ਜਾਣਾ ਹੋਟੇ ਤਾਂ ਅਸੀਂ ਆਪਣੀ ਇਸ ਜਿਹੜੀ ਗਲਤੀ ਦੇ ਜ਼ਿੰਮੇਵਾਰ ਆਪ ਹੋਵਾਂਗੇ ਕਰੋਨਾ ਖਤਮ ਨਹੀਂ ਹੋਇਆ ਕਰੋਨਾ ਤਾਂ ਆ ਰਿਹਾ ਕਰੋਨਾ ਤਾਂ ਆਉਣ ਵਾਲੇ ਦਿਨਾਂ 'ਚ ਹੋਰ ਵਧਣਾ ਜਿਸ ਤਰ੍ਹਾਂ ਨਾਲ ਬਾਰ-ਬਾਰ WHO ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਨੂੰ ਵੱਲੋਂ ਦੱਸਿਆ ਜਾ ਰਿਹਾ ਸੋ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਇਹ ਵਿਸ਼ਾ ਮਹਾ ਡਾਕਟਰ ਨਾਲ ਗੱਲ ਕਰਾਂਗੇ ਸ਼ਾਇਦ ਤੁਸੀਂ ਇਹਨਾਂ ਦੀਆਂ ਗੱਲਾਂ ਸੁਣ ਕੇ ਵੀ 당 ਰਹੇ ਜਾਵਾਂਗੇ ਸ਼ਾਇਦ ਹੋ ਸਕਦਾ ਤੁਸੀਂ ਇਹਨਾਂ ਦੀਆਂ ਗੱਲਾਂ ਤੇ ਗੌਰ ਕਰਕੇ ਕਿਤੇ ਨਾ ਕਿਤੇ ਕਰੋਨਾ ਤੋਂ ਬਚ ਜਵੋ ਇਸ ਕਰਕੇ ਬਚਣ ਦੀ ਲੋੜ ਆ ਨਾ ਕਿ ਮਜ਼ਾਕ ਕਰਨ ਦੀ ਲੋੜ ਆ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਪਹਿਲੇ ਇਦਾਂ ਸੀਗਾ ਕਿ ਲੋਕੀ ਘਰ ਦੇ ਵਿੱਚ ਸੀਗੇ ਕਰੋਨਾ ਬਾਹਰ ਸੀਗਾ ਬਟ ਹੁਣ ਕੀ ਹੈ ਕਿ ਕਰੋਨਾ ਜਿਹੜਾ ਹੈ ਉਹ ਵੀ ਬਾਹਰ ਹੈ ਤੇ ਲੋਕੀ ਵੀ ਬਾਹਰ ਨੇ ਸਾਰੇ ਲੋਕੀ ਬਾਹਰ ਆਪਣੇ ਕੰਮਕਾਰ ਕਰ ਰਹੇ ਨੇ ਤੇ ਸਾਰੇ ਫੀਲਡ ਦੇ ਵਿੱਚ ਨੇ ਆਪਣੇ ਆਪਣੇ ਕੰਮਕਾਰ ਕਰਨੇ ਇਸ ਕਰਕੇ ਸਾਰੇ ਬਾਹਰ ਨੇ ਬਟ ਹੁਣ ਕੀ ਹੈ ਕਿ ਹੁਣ ਬਹੁਤ ਜ਼ਿਆਦਾ ਡਰਨ ਦੀ ਲੋੜ ਹੈ ਇੱਕ ਸਾਡਾ ਕੋਈ ਮਕਸਦ ਤੁਹਾਨੂੰ ਡਰਾਉਣਾ ਨਹੀਂ ਹੈ ਬਟ ਅਵੇਅਰ ਕਰਨਾ ਹੈ ਇਸ ਅਵੇਅਰਨੈਸ ਨਾਲ ਤੁਹਾਨੂੰ ਫਾਇਦਾ ਹੀ ਹੋ ਸਕਦਾ ਕੋਈ ਨੁਕਸਾਨ ਨਹੀਂ ਹੋਊਗਾ ਇਸ ਵੇਲੇ ਕਰੋਨਾ ਕਮਿਊਨਿਟੀ ਲੈਵਲ ਤੇ ਸਪਰੈਡ ਹੋ ਰਿਹਾ ਹੈ ਇਹ ਇੱਕ ਕਿਸਮ ਦਾ ਬੰਬ ਹੈ ਇਹ ਆਪਣੇ ਆਪ ਤੁਹਾਡੇ ਘਰ ਨਹੀਂ ਜਾਏਗਾ ਇਹਨੂੰ ਤੁਸੀਂ ਹੀ ਲੈ ਕੇ ਜਾਓਗੇ ਅਗਰ ਤੁਹਾਨੂੰ ਕਰੋਨਾ ਤੋਂ ਨਹੀਂ ਡਰ ਲੱਗਦਾ ਕੋਈ ਗੱਲ ਨਹੀਂ ਤੁਹਾਡੇ ਘਰ ਦੇ ਵਿੱਚ ਬੱਚੇ ਨੇ ਜੋ 10 ਸਾਲ ਦੇ ਛੋਟੇ ਐ ਇਹ ਪ੍ਰੂਵ ਹੋ ਚੁੱਕਿਆ ਕਿ ਉਹ ਜਿਹੜੇ ਐ ਕਿ ਇਨਫੈਕਸ਼ਨ ਨੂੰ ਕੈਚ ਕਰਨ ਲਈ ਜਿਆਦਾ ਪ੍ਰੋਨ ਨੇ ਜਿਹੜੇ ਬਜ਼ੁਰਗ ਨੇ ਉਹ ਨੇ ਉਹ ਵੀ ਜਿਆਦਾ ਪ੍ਰੋਨ ਨੇ ਤੇ ਇਸ ਕਰਕੇ ਉਹ ਜਿਆਦਾ ਰਿਸਕ 'ਚ ਨੇ ਜਦ ਤੁਸੀਂ ਬਾਹਰ ਜਾਓਗੇ ਤਾਂ ਤੁਸੀਂ ਹੀ ਲੈ ਕੇ ਆਓਗੇ ਤੁਹਾਡੇ ਘਰ ਕੋਈ ਲੈ ਕੇ ਆਏਗਾ ਕਰੋਨਾ ਆਪਣੇ ਆਪ ਉੱਡ ਕੇ ਤੁਹਾਡੇ ਘਰ ਨਹੀਂ ਆਏਗਾ ਤੇ ਇਸ ਚੀਜ਼ ਦਾ ਤੁਹਾਨੂੰ ਬਹੁਤ ਜਿਆਦਾ ਧਿਆਨ ਰੱਖਣਾ ਹੈ ਕਿ ਤੁਸੀਂ ਜਦ ਬਾਹਰ ਜਾ ਰਹੇ ਹੋ ਅਨਨੇਸੈਸਰੀ ਨਾ ਜਾਓ ਲੋਕੀ ਬਿਨਾ ਮਤਲਬ ਤੋਂ ਸੜਕਾਂ ਤੇ ਘੁੰਮ ਰਹੇ ਨੇ ਬਿਨਾ ਮਤਲਬ ਤੋਂ ਨਹੀਂ ਵੀ ਜ਼ਰੂਰਤ ਤਾਂ ਵੀ ਬਾਹਰ ਜਾ ਰਹੇ ਆਂ ਸੋਸ਼ਲ ਡਿਸੈਂਸਿੰਗ ਦਾ ਕੋਈ ਖਿਆਲ ਨਹੀਂ ਰੱਖ ਰਹੇ ਆ ਇਹ ਬਹੁਤ ਖਤਰਨਾਕ ਹੈ ਹੁਣ ਤੁਸੀਂ ਦੇਖ ਲਓ ਕੋਈ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਦਿੱਲੀ ਦੇ ਡਾਟਾ ਦੇਖ ਲਓ ਕਿੰਨੇ ਕੇਸ ਸੀਗੇ ਕਿੰਨੇ ਹੋ ਗਏ ਹੁਣ ਇੰਨੀ ਜ਼ਿਆਦਾ ਫਲਰਿਸ਼ ਹੋ ਰਿਹਾ ਹੈ ਕਿ ਦੱਸਣਾ ਬਹੁਤ ਮੁਸ਼ਕਲ ਹੈ ਹੁਣ ਕੀ ਹਾਲਾਤ ਕੀ ਹੈ ਦਿੱਲੀ ਦੇ ਹਾਲਾਤ ਦੇਖ ਲਓ ਤੁਸੀਂ ਸੰਸਕਾਰ ਕਰਨ ਲਈ 48 48 ਘੰਟੇ ਤੁਹਾਨੂੰ ਵੇਟ ਕਰਨਾ ਪੈ ਰਿਹਾ ਹੈ ਉੱਥੇ ਸ਼ਮਸ਼ਾਨਘਾਟ ਤੇ ਕੋਈ ਬਾਡੀ ਨੂੰ ਹੱਥ ਲਾ ਕੇ ਰਾਜੀ ਨਹੀਂ ਤੁਹਾਡੇ ਘਰ ਦੇ ਹੀ ਤੁਹਾਡੀ ਬੋਡੀ ਨੂੰ ਹੱਤ ਲਾਣ ਤੋਂ ਡਰਦੇ ਆ ਤਾਂ ਇਦਾਂ ਦੇ ਹਾਲਾਤ ਨਾ ਪੈਦਾ ਹੋਣ ਦੋ ਇਹਨਾਂ ਹਾਲਾਤਾਂ ਨੂੰ ਬਚੋ ਤੇ ਕੀ ਕਰਨਾ ਚਾਹੀਦਾ ਡਾਕਟਰ ਸਾਹਿਬ ਕਿਸ ਤਰ੍ਹਾਂ ਬਚਣਾ ਚਾਹੀਦਾ ਕੀ ਇਸ ਤਰ੍ਹਾਂ ਇਲਾਜ ਆ ਕੋਈ ਵੈਕਸੀਨੇਸ਼ਨ ਆ ਗਈ ਜਾਂ ਬਾਬਾ RAMDEV ਦੀ ਦਵਾਈ ਆ ਗਈ ਜਾਂ ਹਲੇ ਸਿਰਫ ਹਵਾ ਦੇ ਵਿੱਚ ਆ ਸਾਰਾ ਕੁਝ ਦੇਖੋ ਹੱਲੇ ਇਹਦੇ ਬਾਰੇ ਕੁਝ ਵੀ ਕਹਿਣਾ ਬਹੁਤ ਔਖਾ ਹੈ ਠੀਕ ਹੈ ਪਹਿਲੇ Glenmark ਕੰਪਨੀ ਨੇ ਕਲੇਮ ਕੀਤਾ ਕਿ ਸਾਡੀ ਵੈਕਸੀਨੇਸ਼ਨ ਟੈਬਲੇਟ ਆ ਗਈ ਪ੍ਰਾਈਸ ਵੀ ਦੱਸਤਾ ਮਾਰਕੀਟ ਚ ਆ ਰਹੀ ਹੈ ਇਹ ਹੈ ਉਹ ਹੈ ਠੀਕ ਹੈ ਫਿਰ ਬਾਬਾ RAMDEV ਜੀ ਨੇ ਕਿਹਾ ਕਿ ਸਾਡੀ ਮੈਡੀਸਨ ਆ ਰਹੀ ਹੈ ਠੀਕ ਹੈ ਪੋਲੀਟੀਕਲ ਇਸ਼ੂ ਕਰਕੇ ਇਹ ਕਰਕੇ ਜਿਹੜੇ ਗਲੇਨ ਮਾਰਕਦੇ ਆਈ ਉਹਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਇਹ ਮੈਡੀਸਨ ਆਈ ਹੈ ਕਿੱਥੋਂ ਆਈ ਕਿਹੜਾ ਟ੍ਰਾਇਲ ਹੋਇਆ ਇਧਰ ਪੋਲੀਟੀਕਲ ਇਸ਼ੂ ਬਣ ਗਿਆ ਕਿ ਬਾਬਾ ਜੀ ਨੇ ਬਾਬਾ RAMDEEP ਨੇ ਦਵਾਈ ਕੱਢੀ ਹੈ ਤੇ ਉਹਦੇ ਤੇ ਕਾਫੀ ਕੁਐਸਚਨ ਕਿੱਥੇ ਕਰਿਆ ਕੀ ਕਰਿਆ ਠੀਕ ਹੈ ਤਾਂ ਇਸ ਕਰਕੇ ਅਸੀਂ ਆਪ ਕਨਫਿਊਜ਼ ਹੈ ਕਿ ਕਿਨੂੰ ਗਈਏ ਕੀ ਕਹੀਏ ਹੱਲੇ ਉਹ ਸਾਰਾ ਔਨ ਰੋਡ ਹੀ ਹੈ ਜਦ ਵੀ ਆਏਗੀ ਜ਼ਰੂਰ ਦੱਸਾਂਗੇ ਮਾਰਕੀਟ 'ਚ ਆਣ ਦੋ ਪਤਾ ਲੱਗ ਜਾਏਗਾ ਪਰ ਹਲੇ ਫਲਾਂ ਦੀ ਗੜੀ ਕੀ ਸਾਵਧਾਨੀ ਹੈ ਕਿਸ ਤਰ੍ਹਾਂ ਬਸਦਾ ਜਿਵੇਂ ਹੁਣ ਬਰਸਾਤ ਦਾ ਸੀਜ਼ਨ ਆ ਚਿਕਨ ਗੁਨੀਆਂ ਡੇਂਗੂ ਇਹ ਵੀ ਸ਼ੁਰੂ ਹੋਣ ਲੱਗਿਆ ਹੋਇਆ ਹੈਗਾ ਕਿਵੇਂ ਆਪਣਾ ਬਚਾਅ ਕਰ ਸਕਦੇ ਹਾਂ ਉਹਦੇ ਲਈ ਕਿਸ ਤਰ੍ਹਾਂ ਅਸੀਂ ਕੀ ਕਰਾਂ ਦੇਖੋ ਚਿਕਨ ਗੁਨੀਆਂ ਡੇਂਗੂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਤੇ ਕੇਸਸ ਆਨੇ ਸ਼ੁਰੂ ਹੋ ਜਾਣੇ ਹਨ ਠੀਕ ਹੈ ਹੁਣ ਮੱਛਰ ਨਾਲ ਤੁਸੀਂ ਲੜ ਨਹੀਂ ਸਕਦੇ ਠੀਕ ਹੈ ਉਹਨੂੰ ਆਪਣੀ ਤਾਕਤ ਨਹੀਂ ਦਿਖਾ ਸਕਦੇ ਉਹਨੇ ਤੁਹਾਨੂੰ ਕੱਟੇਗਾ ਤਾਂ ਚਿਕਨ ਗੁਨੀਆਂ ਜਾਂ ਡੇਂਗੂ ਤੁਹਾਨੂੰ ਹੋਏਗਾ ਉਹਨੂੰ ਬਚਣ ਲਈ ਸਾਵਧਾਨੀਆਂ ਹੀ ਹਨ ਠੀਕ ਹੈ ਪੂਰੇ ਕੱਪੜੇ ਪਾ ਕੇ ਰੱਖੋ ਆਪਣੇ ਜੋ ਵੀ ਮਸਕੀਟੋ ਕਿਲਰ ਆਏ ਉਹ ਲਗਾ ਕੇ ਰੱਖੋ ਬਾਹਰ ਇੱਧਰ ਉੱਧਰ ਨਾ ਜਾਓ ਬੱਚਿਆਂ ਨੂੰ ਬਚਾ ਕੇ ਰੱਖੋ ਠੀਕ ਹੈ ਇਹੀ ਦੀ ਪ੍ਰੀਕਾਸ਼ਨਸ ਨੇ ਤੇ ਉਹ ਤੁਹਾਨੂੰ ਵਰਤਣੀਆਂ ਹੀ ਪੈਣੀਆਂ ਅਵੇਅਰਨੈਸ ਨਾਲ ਹੀ ਬਚ ਸਕਦੇ ਆ ਤੁਸੀਂ ਤੁਸੀਂ ਐਂ ਕਰੋ ਕਿ ਮੈਂ ਕੋਈ ਤਲਵਾਰ ਲੈ ਕੇ ਮੱਛਰ ਨਾਲ ਲੜ ਲੂੰਗਾ ਤਾਂ ਉਹ ਪੋਸੀਬਲ ਨਹੀਂ ਹੈ ਠੀਕ ਹੈ ਤੇ ਇਹਨਾਂ ਚੀਜ਼ਾਂ ਦਾ ਪਰ ਇਹ ਸਿਰ ਪ੍ਰੀਕਾਸ਼ਨਸ ਦੇ ਨਾਲ ਹੀ ਬਚ ਸਕਦੇ ਆ ਇਹਨਾਂ ਚੀਜ਼ਾਂ ਤੋਂ ਤੇ ਕਰੋਨਾ ਤੇ ਚਿਕ ਚਿਕਨ ਗੁਨਾਂ ਡੇਂਗੂ ਨਾਲ ਲੜਾਈ ਲਈ ਹੁਣ ਸਿਰ ਸਾਧਨ ਨਹੀਂ ਸਾਡਾ ਹਾਲ ਹੈ ਤੇ ਹੋਰ ਕੋਈ ਹਲੇ ਤੱਕ ਹਾਲ ਨਹੀਂ ਹੈ ਸਰ ਤੁਸੀਂ ਇਹ ਦੇਖੋ ਕਰੋਨਾ ਜਿਸ ਹਿਸਾਬ ਨਾਲ ਫਲਰਿਸ਼ ਹੋ ਰਿਹਾ ਇੱਕ ਹਸਪਤਾਲ ਦੇ ਵਿੱਚ ਅਗਰ 10 ਕਰੋਨਾ ਦੇ ਪੇਸ਼ੈਂਟ ਹੋਣਗੇ ਕੋਈ ਹਸਪਤਾਲ ਚ ਬੜੇਗਾ ਨਹੀਂ ਉਹ ਡਰਦੇ ਹਸਪਤਾਲ ਚ ਕਿ ਕਰੋਨਾ ਦਾ ਪੇਸ਼ੈਂਟ ਤਾਂ ਨਹੀਂ ਆ ਸਾਨੂੰ ਤਾਂ ਨਾ ਹੋ ਜੇ ਹਸਪਤਾਲ ਵਿਜ਼ਿਟ ਕਰਨਾ ਅੱਜ ਦੀ ਡੇਟਸ ਕੋਈ ਸੌਖਾ ਕੰਮ ਨਹੀਂ ਹੈ ਤਾਂ ਇਸ ਕੱਲ ਕੇ ਇਹੋ ਜੀ ਨੋਬਤ ਨਾ ਆਣ ਦੋ ਤੇ ਬਚਣਾ ਬਹੁਤ ਜ਼ਰੂਰੀ ਹੋ ਸਕਦੇ ਨੇ ਜੇਕਰ ਨਾ ਸਮਝੇ ਜਿਵੇਂ ਆਉਣ ਵਾਲੇ ਇਹ ਜਿਆਦਾ ਕਦੋਂ ਫੈਲ ਸਕਦਾ ਜੂਨ ਦਾ ਟਾਈਮ ਜੁਲਾਈ ਦਾ ਟਾਈਮ ਹੈ ਕਿਹੜਾ ਸਮਾਂ ਮਾੜਾ ਹੈਗਾ ਜਿਵੇਂ ਪਹਿਲਾਂ ਲਾਕਡਾਊਨ ਕਰਫਿਊ ਸੀ ਹੁਣ ਤੋਂ ਜੂਨ ਜੁਲਾਈ ਦਾ ਸਮਾਂ ਜਿਵੇਂ ਵਾਰ-ਵਾਰ ਸਾਨੂੰ ਸੁਣਨ ਨੂੰ ਮਿਲ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਪਰੈਡ ਕਰੂਗਾ ਸਰ ਤੁਸੀਂ ਹੁਣ ਗ੍ਰਾਫ ਦੇਖੋਗੇ ਇਹਦਾ ਡੇ ਬਾਈ ਡੇ ਜਿਹੜਾ ਗ੍ਰਾਫ ਹੈ ਉਹ ਪਹਿਲਾਂ ਫਲੈਟਨ ਸੀਗਾ ਇਹ ਕੰਟਰੋਲ ਸੀਗਾ ਹੁਣ ਜਿਹੜਾ ਗ੍ਰਾਫ ਹੈ ਇੱਕਦਮ ਰਾਈਜ਼ ਕਰ ਰਿਹਾ ਕੇਸਿਸ ਡਬਲ ਟ੍ਰਿਪਲ ਇਦਾਂ ਹੋ ਰਹੇ ਨੇ ਤੇ ਅਗਰ 2 ਮਹੀਨੇ ਇਦਾਂ ਕੇਸਿਸ ਅਗਰ ਵਧਦੇ ਰਹੇ ਹੈ ਬੁਰਾ ਉੱਥੇ 25 ਲੱਖ ਅਪ੍ਰੋਕਸੀਮੇਟਲੀ 25 ਲੱਖ 25 ਲੱਖ ਲੋਕ ਇਨਫੈਕਟਡ ਹੋਏ ਐ ਸਵਾ ਲੱਖ ਬੰਦਾ ਉਹਨਾਂ ਚ ਮਰ ਗਿਆ ਠੀਕ ਹੈ ਉਹਨਾਂ ਤੋਂ ਨਹੀਂ ਕੰਟਰੋਲ ਹੋਇਆ ਆਪਣਾ ਜਿਹੜੇ ਕੇਸਿਸ ਐ ਉਹ ਵੀ ਇਦਾਂ ਵਧਣੇ ਸ਼ੁਰੂ ਹੋ ਗਏ ਹੱਲੇ ਅਸੀਂ 5 ਲੱਖ ਤੇ ਪਹੁੰਚਣਾ ਹੈ ਸਾਡਾ 15000 ਬੰਦਾ ਐਕਸਪਾਇਰ ਹੋ ਚੁੱਕਿਆ ਹੈ ਕਰੋਨਾ ਦੇ ਨਾਲ ਅਗਰ ਨਹੀਂ ਕੰਟਰੋਲ ਕਰਾਂਗੇ ਤਾਂ ਇੱਕ ਗਏ ਅਗਰ ਵਧੇਗਾ ਤਾਂ 2 ਮਹੀਨੇ ਤੱਕ ਤੁਸੀਂ ਦੇਖ ਲਿਓ ਉਹਨਾਂ ਤੋਂ ਵੀ ਬੱਦਰ ਹਾਲ ਹੋ ਜਾਣੇ ਉਹਨਾਂ ਦਾ ਮੈਡੀਕਲ ਸਿਸਟਮ ਆਪਣੇ ਤੋਂ ਕਿੰਨਾ ਐਡਵਾਂਸ ਸੀਗਾ ਆਪਣੇ ਕੋਲ ਤਾਂ ਇੰਨੀ ਇੱਕ ਤਾਂ ਪਹਿਲੇ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਦੂਜਾ ਇੰਨੇ ਹਸਪੀਟਲ ਇਨੇ ਵੈਂਟੀਲੇਟਰਸ ਨਹੀਂ ਹੈ ਅੱਪਾ ਕਿੱਥੇ ਜਾਵਾਂਗੇ ਬਿਲਕੁਲ ਡਾਕਟਰ ਸਾਹਿਬ ਨੇ ਦੱਸਿਆ ਸਾਵਧਾਨੀਓ ਕਰਨੀ ਪਊਗੀ ਸਾਡੇ ਕੋਲ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੈਗੇ ਵੀ ਅਸੀਂ ਇਸ ਦਾ ਮੁਕਾਬਲਾ ਕਰ ਸਕਦੇ ਹਾਂ ਫਿਲਹਾਲ ਦੀ ਘੜੀ ਜਦ ਤੱਕ ਵੈਕਸੀਨੇਸ਼ਨ ਨਹੀਂ ਆਉਂਦੀ ਜਾਂ ਕੋਈ ਪ੍ਰੂਫਡ ਡਰਗ ਨਹੀਂ ਆਉਂਦੀ ਜਾਂ ਆ ਕਿਸੇ WHO ਵੱਲੋਂ ਜਾਂ ਕਿਸੇ ਹੋਰ ਕੰਟਰੀ ਵੱਲੋਂ ਕੋਈ ਡਰਗ ਨਹੀਂ ਹੁੰਦੀ ਜਦ ਤੱਕ ਅਸੀਂ ਇਸ ਤੋਂ ਬਚ ਨਹੀਂ ਸਕਦੇ ਸੋ ਸਾਨੂੰ ਸਾਵਧਾਨੀਆਂ ਪੂਚਾ ਸਕਦੀ ਹੈ ਜੇਕਰ ਅਸੀਂ ਸਾਵਧਾਨੀ ਨਹੀਂ ਕਰ ਸਕਦੇ ਕਿ ਸਾਵਧਾਨੀ ਨਹੀਂ ਕਰ ਸਕਦੇ ਸੋਸ਼ਲ ਡਿਸਟੈਂਸਿੰਗ ਨਹੀਂ ਕਰ ਸਕਦੇ ਮਾਸਕ ਨਹੀਂ ਲਾ ਸਕਦੇ ਬਾਰ ਬਾਰ ਹੱਥ ਨਹੀਂ ਧੋ ਸਕਦੇ ਫਿਰ ਅਸੀਂ ਇਸ ਬਿਮਾਰੀ ਤੋਂ ਨਹੀਂ ਬਚ ਸਕਦੇ ਜੇ ਦੂਸਰੇ ਦੇਸ਼ਾਂ ਦਾ ਹਾਲ ਦੇਖੀਏ ਇਹ ਤਾਂ ਉਹਨਾਂ ਦੇ ਹਾਲਤ ਦੇ ਵੱਧ ਤੋਂ ਬੱਤਰ ਸੀਗੇ ਆਪਣੇ ਵੀ ਜਿਹੜੇ ਹੁਣ ਜਿਸ ਤਰ੍ਹਾਂ ਸਾਡੀ ਦੇਸ਼ ਦੀ ਜਿਹੜੀ ਆ ਪਾਪੂਲੇਸ਼ਨ ਆ ਉਸ ਦੇ ਹਿਸਾਬ ਨਾਲ ਜੇਕਰ ਗੱਲ ਕਰੀਏ 4 ਲੱਖ ਦੇ ਕਰੀਬ ਕੇਸ ਪਹੁੰਚਣੇ ਆਲਾ ਹੈਗਾ ਮੌਤਾਂ ਦੀ ਗਿਣਤੀ ਦਾ ਜੇ ਅੰਕੜਾ ਦੇਖੀ ਤਾਂ 15000 ਤੋਂ ਜ਼ਿਆਦਾ ਹੋ ਗਿਆ ਹੋਇਆ ਇੰਨੀ ਜ਼ਿਆਦਾ ਡੈਥ ਰੇਟ ਆ ਜੇਕਰ ਗੱਲ ਕਰਾਂਗੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਜਿਸ ਤਰ੍ਹਾਂ ਅੰਕੜੇ ਵੱਧ ਰਹੇ ਨੇ ਜੇ ਜਿਸ ਤਰ੍ਹਾਂ ਨਾਲ ਸਾਨੂੰ ਅਲਰਟ ਜਾਰੀ ਨੇ ਜੂਨ ਜੁਲਾਈ ਤੇ ਅਗਸਤ ਦੇ ਵਿੱਚ ਜੁਲਾਈ ਦੇ ਮਹੀਨੇ ਦੇ ਵਿੱਚ ਹਾਲਤ ਵੱਧ ਤੋਂ ਵੱਧ ਹੋ ਜਾਣਾ ਨੇ ਜੇਕਰ ਅਸੀਂ ਸਾਵਧਾਨੀ ਨਾ ਵਰਤੇ ਉਹੀ ਲੋਕ ਬਾਹਰ ਜਾਣ ਜਿਨ੍ਹਾਂ ਨੂੰ ਜ਼ਰੂਰਤ ਆ ਜਿਨ੍ਹਾਂ ਨੇ ਕੰਮ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਣਾ ਜਿਹੜੇ ਲੋਕ ਬਿਨਾਂ ਮਤਲਬ ਤੋਂ ਬਾਜ਼ਾਰਾਂ ਦੇ ਵਿੱਚ ਜਾਂ ਕਿਤੇ ਫੰਕਸ਼ਨਾਂ ਦੇ ਵਿੱਚ ਤੁਰੇ ਫਿਰਦੇ ਨੇ ਉਹ ਨਾ ਜਾਣ ਘਰ ਤੋਂ ਸਿਰਫ ਇੱਕ ਬੰਦਾ ਬਾਹਰ ਨਿਕਲੇ ਤਾਂ ਜੋ ਉਹ ਆਪਣੇ ਘਰ ਦਾ ਜੀ ਰੋਟੀ ਚਲਾ ਸਕੇ अदरवाइज ਜਿਹੜੇ ਮੋਟਰਸਾਈਕਲ ਸਕੂਟਰਾਂ ਤੇ ਜਿਹੜੇ ਬਿਨਾ ਕਿਸੇ ਗੱਲ ਤੋਂ ਮਾਰਕੀਟਾਂ ਚ ਘੁੰਮਦੇ ਫਿਰਦੇ ਨੇ ਰਸ਼ ਦੇ ਵਿੱਚ ਜਾਂਦੇ ਨੇ ਰਸ਼ ਪਾਇਆ ਹੋਇਆ ਉਹ ਬਚਣ ਇਹ ਨਾ ਹੋਵੇ ਕਿਤੇ ਤੁਸੀਂ ਕਰੋਨਾ ਆਪਣੇ ਘਰ ਦੇ ਵਿੱਚ ਲੈ ਜਮੋ ਤੇ ਉਸ ਨਾਲ ਤੁਹਾਡਾ ਕੋਈ ਬਜ਼ੁਰਗ ਤੁਹਾਡਾ ਬੱਚਾ ਪੀੜਿਤ ਹੋ ਜਵੇ ਉਦੋਂ ਬਾਅਦ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜਿਹੜੀ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਉਸ ਤੋਂ ਬਾਅਦ ਹਸਪਤਾਲਾਂ ਦੇ ਹਾਲ ਤੁਸੀਂ ਦੇਖਦੇ ਹੋ ਰੋਜ਼ਾਨਾ ਕੀ ਹਾਲਤ ਨੇ ਜੇਕਰ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਾਉਨੇ ਹੋ ਰੋਜ਼ ਵੀਡੀਓ ਵਾਇਰਲ ਹੋ ਰਿਹਾ ਖਾਣਾ ਖਾਣ ਨੂੰ ਨਹੀਂ ਮਿਲ ਰਿਹਾ ਬਾਥਰੂਮ ਸਾਫ਼ ਨਹੀਂ ਹੈ ਕਿ ਸਰਕਾਰਾਂ ਦਾਅਵੇ ਜ਼ਰੂਰ ਕਰਦੀਆਂ ਨੇ ਪਰ ਉਹ ਖਰੇ ਨਹੀਂ ਉਤਰ ਰਹੀਆਂ ਸੋਚ ਤੋਂ ਬਚਣ ਲਈ ਕਿਤੇ ਨਾ ਕਿਤੇ ਸਾਵਧਾਨੀ ਸਭ ਤੋਂ ਵੱਡਾ ਹਥਿਆਰ ਆ ਇਸ ਇਸ ਹਥਿਆਰ ਦੀ ਵਰਤੋਂ ਕਰੋ ਤੇ ਬੱਚੋ ਥੋੜਾ ਸਮਾਂ ਜੇ ਅਸੀਂ ਇਸ ਤੋਂ ਬਚਾ ਕਰਕੇ ਰਾਵਾਂਗੇ ਤਾਂ ਹੋ ਸਕਦਾ ਪੂਰੀ ਜ਼ਿੰਦਗੀ ਅਸੀਂ ਆਨੰਦ ਮਾਣ ਸਕਦੇ ਆ ਪਰ ਸੋ ਇੱਕ ਗੱਲ ਹੋਰ ਵੀ ਦੱਸਣਾ ਤੇ ਉਹਨੇ ਬਾਹਰ ਕਿਤੇ ਵੀ ਖਾਣਾ ਖਾਣ ਜਾਂਦੇ ਆ ਉਹ ਵੀ ਆਪਣਾ ਵਿਚਾਰ ਰੱਖੋ ਕਿਤੇ ਵੀ ਖਾਣਾ ਖਾਣਿਆ ਹੋ ਸਕਦਾ ਕਿਤੇ ਨਾ ਕਿਤੇ ਤੁਸੀਂ ਉੱਥੋਂ ਵੀ ਪ੍ਰਭਾਵਿਤ ਹੋ ਸਕਦੇ ਜਿਸ ਤਰ੍ਹਾਂ ਨਾਲ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਆਫੀਸਰਸ ਨੇ ਇਹ ਜਿਹੜੇ ਕਿ ਆਪਣੇ ਅਰਜ਼ਲੀ ਤੋਂ ਹੀ ਪ੍ਰਭਾਵਿਤ ਹੋ ਗਏ ਜਿਹੜੇ ਕਿ ਚਾਹ ਪਾਣੀ ਫੜਾਉਂਦੇ ਸੀ ਇਸ ਤਰ੍ਹਾਂ ਨਾਲ ਜੇਕਰ ਤੁਸੀਂ ਬਾਹਰ ਕਿਤੇ ਖਾਣ ਜਾਂਦੇ ਤੁਹਾਨੂੰ ਨਹੀਂ ਪਤਾ ਹੈਗਾ ਜਿਹੜਾ ਅਗਲਾ ਬੰਦਾ ਤੁਹਾਨੂੰ ਕੁਝ ਦੇ ਰਿਹਾ ਪਾਣੀ ਦੇ ਰਿਹਾ ਚਾਹ ਦੇ ਰਿਹਾ ਜਾਂ ਕੋਈ ਖਾਣ ਵਾਲਾ ਸਮਾਨ ਇਹ ਹੈ ਤੁਸੀਂ ਇਹ ਸੋਚੋ ਹਰ ਬੰਦਾ ਇਸ ਟਾਈਮ ਕਰੋਨਾ ਤੋਂ ਪੀੜਤ ਆ ਅਸੀਂ ਬਚ ਕੇ ਰਹਿਣਾ ਸਾਵਧਾਨੀ ਰੱਖਣੀ ਆ ਸਾਵਧਾਨੀ ਹਟੀ ਦੁਰਗਣਾ ਕੰਟਰੀ ਵਾਲੀ ਗੱਲ ਹੋ ਜਾਣੀ ਆ ਸੋ ਸਾਵਧਾਨ ਰਹੋ ਤੇ ਇਸ ਬਿਮਾਰੀ ਤੋਂ ਬਚੋ ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮਪੁਰ